ਕਰ ਆਵੀ ਮੈਂ ਦੋਸ਼ੋ ਲਾੜੇ ਆਵੇ ਮੈਨੂੰ ਤਾਂ ਗਾਂ ਤੇਰੀਆਂ ਭਾਵੇਂ ਬੋਲ ਤੇ ਭਾਵੇਂ ਨਾ ਬੋਲ ਪਿਆ ਅਸਾਂ ਤੈਨੂੰ ਬੁਲਾਉਂਦਿਆਂ ਰਹਿਣਾ ਏ ਤੇਰੇ ਸਾਹਮਣੇ ਬਹਿ ਬਹਿ ਰੋ ਰੋ ਕੇ ਤੈਨੂੰ ਹਾਲ ਸੁਣਾਉਂਦਿਆਂ ਰਹਿਣਾ ਈ ਮੈਂ ਕਰ ਆਵੀ ਮੈਨੂੰ ਸੋ ਲਾੜੇ ਆਵੇ ਮੈਨੂੰ ਤਾਂ ਗਾਂ ਤੇਰੀਆਂ ਨਾ ਦਿਲ ਚੈਨ ਨਾ ਸਬਰ ਅੱਖੀ ਨਾ ਭੁੱਲਦੀ ਸੂਰਤ ਪਿਆਰੀ ਦਰਦ ਸਤਾਈ ਦਿਆਂ ਦੁਹਾਈ ਕਰਦੀ ਗਿਰਿਆ ਸਾਰੀ ਮੈਂ ਆਪਣੇ ਪਾਕ ਪਲੋਸ਼ਾ ਸਰਕਾਰ ਦੀ ਯਾਦ ਚ ਇੱਕ ਮਜ਼ਮੂਨ ਪੇਸ਼ ਕਰ ਰਿਹਾ ਜਿਸ ਮਜ਼ਮੂਨ ਦਾ ਨਾਮ ਹੈ ਅੰਬੀ ਦਾ ਬੂਟਾ ਪਾਕ ਪਲੋਸ਼ਾ ਫਕੀਰ ਪਾਕ ਫਕੀਰ ਸਚਿਆਰ ਦੀ ਨਜ਼ਰ ਕਰ ਰਿਹਾ ਮੈਂ ਇਸ ਮਜ਼ਮੂਨ ਦਾ ਨਾਮ ਹੈ ਅੰਬੀ ਦਾ ਬੂਟਾ ਇੱਕ ਬੂਟਾ ਅੰਬੀ ਦਾ ਇੱਕ ਬੂਟਾ ਅੰਬੀ ਦਾ ਕਰ ਸਾਡੇ ਲੱਗਾ ਨੀ ਜਿਸ ਥੱਲੇ ਬਹਿਣਾ ਨੀ ਸੁਰਗਾਂ ਵਿੱਚ ਰਹਿਣਾ ਨੀ ਕੀ ਉਸ ਦਾ ਦੇਣਾ ਨੀ ਵਿਹੜੇ ਦਾ ਦੇਣਾ ਨੀ ਪਰ ਮਾਹੀ ਬਾਜੋ ਨੀ ਮੇਰੇ ਨੌਸ਼ੋ ਬਾਜੋ ਨੀ ਇਹ ਮੈਨੂੰ ਵੱਟਦਾ ਏ ਇਹ ਖੱਟਾ ਲੱਗਦਾ ਏ ਇਹ ਬੂਟਾ ਅੰਬੀ ਦਾ ਇਸ ਬੂਟੇ ਥੱਲੇ ਜੇ ਮੈਂ ਚਰਖੀ ਡਾਨੀ ਆਂ ਤੇ ਜੀ ਪਰ ਚਾਵਣ ਨੂੰ ਦੋ ਤੰਦਾਂ ਪਾਨੀ ਆਂ ਉਹ ਹਿਲਦੀਆਂ ਕੂਕਾਂ ਨੀ ਮਾਰਨ ਬੰਦੂਕਾਂ ਨੀ ਪੀੜੇ ਨੂੰ ਪੁੱਲਾਂ ਮੈਂ ਚਰਖੀ ਨੂੰ ਫੂਕਾਂ ਨੀ ਉਹ ਡਰਦੀ ਪਾਪੋ ਤੂੰ ਮੈਂ ਬਵਾਂ ਕਸੀਦਾ ਜੇ ਯਾਦਾਂ ਕਿਧਰੇ ਦਿਲ ਜੁੜ ਜਾਵੇ ਤੇ ਸੂਈ ਕਸੀ ਦੇ ਦੀ ਕੋਟੇ ਉੜ ਜਾਵੇ ਫਿਰ ਉੱਤੇ ਪੀੜੇ ਤੂੰ ਮੈਂ ਪੁੰਜੇ ਬਹਿ ਜਾਵਾਂ ਚੀਚੀ ਤੇ ਠੋਟੀ ਤੇ ਵੈਣਾਂ ਵਿੱਚ ਪੈ ਜਾਵਾਂ ਸੁੱਖਾਂ ਦੀਆਂ ਗੱਲਾਂ ਨੀ ਨੀਲਾਂ ਦੀਆਂ ਵਾਟਾਂ ਨੀ ਖੀਰਾਂ ਤੇ ਪੂੜੇ ਨੀ ਸਾਵਨ ਦੀਆਂ ਚਿੜੀਆਂ ਨੀ ਮਾਹੀ ਦੇ ਤਰਲੇ ਨੀ ਤੇ ਮੇਰੀਆਂ ਅੜੀਆਂ ਨੀ ਚਾਚੇ ਤੇ ਆ ਜਾਵਣ ਲੋੜਾਂ ਹੀ ਪਾ ਜਾਵਣ ਉਹ ਕਿਹੜਾ ਦਿਹਾੜਾ ਸੀ ਉਹ ਪਾਗਾਂ ਵਾਲਾ ਸੀ ਮਾਹੀ ਘਰ ਹੁੰਦਾ ਹੈ ਉਹਦੇ ਚਾਚ ਮਾਹੀ ਦੇ ਚਾਚ ਕਿਹੜੇ ਕਿਹੜੇ ਸ਼ਗਨ ਕਰਦੀ ਹੈ ਮੈਂ ਪੇਸ਼ ਕਰਨਾ ਚਾਹੁੰਦਾ ਜਦ ਨਾਤੀ ਤੋਤੀ ਨੀ ਮੈਂ ਵਾਲ ਵਧਾਏ ਨੀ ਜਦ ਨਾਤੀ ਤੋਤੀ ਨੀ ਮੈਂ ਵਾਲ ਵਧਾਏ ਨੀ ਕੱਟ ਕੱਟ ਕੇ ਬਿੰਦੀਆਂ ਮੈਂ ਕਈ ਫੰਦ ਬਣਾਏ ਨੀ ਮਲ ਮਲ ਕੇ ਖੋੜੀ ਨੂੰ ਹੀਰੇ ਲਸਕਾਏ ਨੀ ਜਾਂ ਹਰ ਸਿੰਗਾਰਾਂ ਤੋਂ ਮੈਂ ਵੇਲੀ ਹੋਈ ਨੀ ਫਿਰ ਅੰਬੀ ਥੱਲੇ ਆਉਂਦੇ ਮੈਂ ਪੂਣੀ ਛੋਈ ਨੀ ਉਹ ਚੰਨ ਪਿਆਰਾ ਵੀ
ਆ ਬੈਠਾ ਸਾਵੇਂ ਦੀ ਉਹ ਮੇਰੀਆਂ ਪ੍ਰੀਤਾਂ ਦਾ ਸੋਹਣਾ ਵਣਜਾਰਾ ਨੀ ਉਹ ਗੱਲਾਂ ਕਰੀ ਜਾਵੇ ਮੈਂ ਤੀਆਂ ਹੁੰਗਾਰਾ ਨੀ ਉਸ ਗੱਲਾਂ ਪਰਦੇ ਨੂੰ ਪਤਿਆਂ ਦੀ ਖੜਖੜ ਨੇ ਪੰਗਾਂ ਦੀ ਛਣ ਛਣ ਨੇ ਟੱਪਿਆਂ ਦੀ ਲੋੜੀ ਨੇ ਕੰਮਕਾਰ ਜਹਾਜ਼ਾਂ ਦੀ ਬਦਲਾਂ ਦੀ ਸ਼ੁਕਰ ਨੇ ਚਿੜੀਆਂ ਦੀ ਚੂ ਚੂ ਨੇ ਸਾਵਨ ਦੀਆਂ ਕਣੀਆਂ ਨੇ ਮੰਜੇ ਤੇ ਪਾ ਦਿੱਤਾ ਤੇ ਖੂਬ ਸਲਾਹ ਦਿੱਤਾ ਗੱਲ ਕਰਦੀ ਮੈਂ ਤੈਨੂੰ ਮੇਰੀ ਨਜ਼ਰ ਨਾ ਲੱਗ ਜਾਏ ਤੇ ਕੀਤਾ ਕਿਸੂ ਤਕ ਸੁੱਤਾ ਮਾਹੀ ਨੀ ਚਰਖੀ ਦੀ ਚਮਰਖ ਤੋਂ ਮੈਂ ਕਾਲ ਖਦਾਈ ਨੀ ਜਾ ਸੁੱਤੇ ਸੋਨੇ ਦੇ ਮੱਥੇ ਤੇ ਲਾਈ ਨੀ ਮੈਂ ਖੁੱਲ ਕੇ ਹੱਸੀ ਨੀ ਮੈਂ ਤੋੜੀ ਲਾਈ ਨੀ ਮੈਂ ਦੋਰੀ ਹੋ ਗਈ ਨੀ ਮੈਂ ਚੋਰੀ ਹੋ ਗਈ ਨੀ ਮੈਂ ਉੱਠ ਖਲੋਇਆ ਨੀ ਘਬਰਾਇਆ ਹੋਇਆ ਨੀ ਉਹ ਪਿੜ ਪਿੜ ਤੱਕੇ ਨੀ ਮੈਂ ਖਿੜ ਖਿੜ ਹੱਸਾਂ ਨੀ ਉਹ ਮੁੜ ਮੁੜ ਪੁੱਛੇ ਨੀ ਕਾਰੀਗਰਾਂ ਬੈਠ ਦੇ ਦੁਆਲੇ ਸ਼ੀਸ਼ੇ ਲਾਏ ਨੇ ਉਹਦੇ ਚੋਂ ਅਕਸ ਨਜ਼ਰ ਆ ਗਿਆ ਕਿ ਇਹਨੇ ਤੇ ਮੇਰੇ ਨਾਲ ਸ਼ਰਾਰਤ ਕੀਤੀ ਤੇ ਮਾਹੀ ਸੁੱਤਾ ਉੱਠਿਆ ਤੇ ਉਹਨੇ ਦਸ ਰਾਤ ਕੈਸੇ ਬਣਾਏ ਨੇ ਤੱਕ ਸ਼ੀਸ਼ਾ ਚਰਖੀ ਦਾ ਉਸ ਭੂਰੀ ਪਾਈ ਨੀ ਮੈਂ ਚੁੰਗੀ ਲਾਈ ਨੀ ਉਹ ਪਿੱਛੇ ਭੱਜਾ ਨੀ ਮੈਂ ਦਿਆਂ ਨਡਾਈ ਨੀ ਅੰਬੀ ਦੇ ਗਿਰਦੇ ਨੀ ਚਰਖੀ ਦੇ ਗਿਰਦੇ ਨੀ ਅੰਬੀ ਦੇ ਗਿਰਦੇ ਨੀ ਚਰਖੀ ਦੇ ਗਿਰਦੇ ਨੀ ਪੀੜੇ ਦੇ ਗਿਰਦੇ ਨੀ ਵਿਹੜੇ ਦੇ ਗਿਰਦੇ ਨੀ ਹੱਸਦੇ ਵੀ ਜਾਈਏ ਨੀ ਨੱਸਦੇ ਵੀ ਜਾਈਏ ਨੀ ਉਨਮਾਨ ਜਵਾਨੀ ਦਾ ਮੈਂ ਹੱਟ ਜਨਾਨੀ ਦਾ ਉਨਮਾਨ ਜਵਾਨੀ ਦਾ ਮੈਂ ਹੱਟ ਜਨਾਨੀ ਦਾ ਉਹਦੀ ਚਾਦਰ ਖੜਕੇ ਨੀ ਮੇਰੀ ਕੋਠੀ ਧੜਕੇ ਨੀ ਉਹਦੀ ਜੁੱਤੀ ਚੀਕੇ ਨੀ ਮੇਰੀ ਚਾਂਜਰ ਛਣਕੇ ਨੀ ਉਹਦੀ ਤਕੜੀ ਪੈ ਪਈ ਨੀ ਮੇਰੀ ਚੁੰਨੀ ਲੈ ਗਈ ਨੀ ਚਾਹ ਹਫਤੇ ਰਹਿ ਗਏ ਨੀ ਦੋਵੇਂ ਹੀ ਬਹਿ ਗਏ ਨੀ ਮੌਜੂਦ ਨੇ ਲੇਕਿਨ ਜ਼ਾਹਰੀ ਮਾਹੀ ਨਜ਼ਰ ਨਹੀਂ ਆ ਰਿਹਾ ਉਹੀ ਵੇੜਾ ਚਰਖੀ ਅੰਬੀ ਕੋਈ ਚੀਜ਼ ਚੰਗੀ ਨਹੀਂ ਲੱਗਦੀ ਅੱਜ ਕਿਹੜੀ ਚੀਜ਼ 'ਤੇ ਦਿਲ ਕਰ ਰਿਹਾ ਔਰ ਦਿਲ ਦਾ ਮੈਂ ਬਿਆਨ ਪੇਸ਼ ਕਰ ਰਿਹਾ ਅੱਜ ਖਾਣ ਹਵਾਵਾਂ ਨੀ ਅੱਜ ਸਾੜਨ ਛਾਵਾਂ ਨੀ ਅੱਜ ਖਾਣ ਹਵਾਵਾਂ ਨੀ ਅੱਜ ਸਾੜਨ ਛਾਵਾਂ ਨੀ ਤਰਖਾਣ ਸਦਾਵਾਂ ਨੀ ਅੰਬੀ ਕਟਵਾਵਾਂ ਨੀ ਤਰਖਾਣ ਸਦਾਵਾਂ ਨੀ ਅੰਬੀ ਕਟਵਾਵਾਂ ਨੀ ਤੋਬਾ ਮੈਂ ਭੁੱਲੀ ਨੀ
ਪਾ ਬੱਚਿਆਂ ਵੱਲ ਫੇਰੀਆਂ ਵੇ ਮੈਨੂੰ ਤਾਂ ਗਾਂ ਤੇਰੀਆਂ ਬੱਚਿਆਂ।